ਭੀੜ ਚ ਖੜੇ ਹੁੰਦੇ ਤੇ ਆਪਣਾ ਪਰਸ ਪੁਰਸ ਡਿੱਗ ਜਾਂਦੇ ਉਹ ਦੇਖ ਜਾ ਰਹੇ ਐਵੇਂ ਫਿਰ ਬੰਦਾ ਇਹ ਸੋਚਦਾ ਕਿ ਕਿਧਰੇ ਯਾਰ ਦਰਬਾਰ ਖਾਲਸਾ ਦੀ ਫੌਜ ਆਈ ਤੇ ਕਿਧਰੇ ਦਫਨਾਂ ਦੀ ਸੇਵਾ ਕਿਧਰੇ ਮਾੜਾ ਮੋਟਾ ਉਹਨਾਂ ਦਾ ਮਾਣ ਸਤਿਕਾਰ ਕੀਤਾ ਹੁੰਦਾ ਤੇ ਲੇਖੇ ਚ ਲੱਗਦੇ ਤੇ ਇਸ ਕਰਕੇ ਕਿਹਾ ਵੀ ਵੱਧ ਤੋਂ ਵੱਧ ਕੱਢਿਆ ਕਰੋ ਗੱਫੇ ਆਪਕੇ ਨਗਰ ਮੇ ਜੋ ਨਿਹੰਗ ਸਿੰਘ ਕੀ ਫੌਜ ਆਈ ਹੈ ਇਨਕੀ ਸੇਵਾ ਕਰੋ ਜ਼ਿਆਦਾ ਸੇ ਜ਼ਿਆਦਾ ਕਿਉਂਕਿ ਆਪਕੋ ਪਤਾ ਹੈ ਕਲਗੀ ਤਰਪਾਸ਼ਾ ਕੀ ਗੁਰੂ ਕੀ ਲਾਡਲੀ ਫੌਜ ਹੈ ਨਿਹੰਗ ਸਿੰਘ ਫੌਜ ਜੋ ਆਪਕੋ ਗੱਤਕੇ ਕੇ ਸਾਥ ਨਿਹਾਲ ਕਰ ਰਹੀ ਹੈ ਉਹ ਲਾਈਵ ਕਰ ਰਹੇ ਜੀ ਗੁਰਮੀਤ ਕੋ ਜੋ ਬੱਡੀ ਬੜੇ ਜੰਗ ਯੁੱਧ ਜਿਹੜੇ ਜਿਸ ਸ਼ਸਤਰ ਵਿਦਿਆ ਨਾਲ ਸਿੱਖੇ ਜਿੱਤੇ ਗਏ ਆ ਅੱਜ ਆਪ ਜੀ ਦੇ ਸਾਹਮਣੇ ਜੰਗ ਦੇ ਵਿੱਚ ਜਦੋਂ ਲੜਾਈਆਂ ਹੁੰਦੀਆਂ ਸੀ ਪਹਿਲੇ ਜੰਗਾਂ ਦੇ ਵਿੱਚ ਤੇ ਲੜਾਈ ਲੜਦਿਆਂ ਕਈ ਵਾਰ ਇਹੋ ਜਿਹੇ ਵਾਰ ਲੱਗ ਜਾਂਦੇ ਸੀ ਕਿ ਸਿੰਘਾਂ ਦੀਆਂ ਅੱਖਾਂ ਨਿਕਲ ਜਾਂਦੀਆਂ ਹੁੰਦੀਆਂ ਸੀਗੀਆਂ ਪਰ ਅੱਖਾਂ ਦੇ ਵਿੱਚ ਕੁਝ ਬਚਣ ਦੇ ਬਾਵਜੂਦ ਵੀ ਸਿੰਘ ਜਿਹੜੇ ਲੋ ਜੀ ਉਸੇ ਕਲਾ ਦਾ ਪ੍ਰਦਰਸ਼ਨ ਹੈ ਜੀ ਅੱਖਾਂ ਤੇ ਨਮਕ ਹੈ ਜੀ ਪਾਣਾ ਟਾਟਾ ਆਪਕੋ ਟਾਟਾ ਸੋਲਟ ਦਿਖਾ ਦਿਓ ਇੱਕ ਵਾਰ ਸਾਰਿਆਂ ਨੂੰ ਡੋਲ ਲੱਗ ਰਿਹਾ ਸਾਰਿਆਂ ਦਾ ਡੋਲ ਵੀ ਪਤਾ ਹੀ ਹੈ ਸਾਰਿਆਂ ਨੂੰ ਤੇ ਅੱਖਾਂ ਤੇ ਨਮਕ ਪਾਇਆ ਜਾਣਾ ਉਸ ਤੋਂ ਬਾਅਦ ਅੱਖਾਂ ਨੂੰ ਪੱਟੀਆਂ ਨਾਲ ਢੱਕ ਦੇਣਾ ਤੇ ਉਸ ਤੋਂ ਬਾਅਦ ਭਾਈ ਹਰਿੰਦਰ ਸਿੰਘ ਜੀ ਕਿਰਪਾਨ ਦੇ ਨਾਲ ਲੋ ਜੀ ਅੱਖਾਂ ਤੇ ਪੱਟੀ ਵੀ ਬੰਨੀ ਗਈ ਹੈ ਤੇ ਹੁਣ ਸਾਰੇ ਜਿੰਨੇ ਵੀ ਇੱਥੇ ਸੇਵ ਪਾਏ ਆ ਭਾਈ ਹਰਿੰਦਰ ਸਿੰਘ ਜੀ ਕੱਟ ਕੇ ਦਿਖਾਉਣਗੇ ਕਿਆ ਬਾਤ ਹੈ ਵੀ ਯੋਧੇ ਹੋ ਨਹੀਂ ਰੀਸਾਂ ਸੇਵ ਟੇਕੇ ਰਾਮ ਸਿੰਘ ਜੀ ਸਾਦੇ ਕੋਈ ਗੱਲ ਨਹੀਂ ਲੋ ਜੀ ਹੁਣ ਸਾਰੇ ਸਟੰਟ ਦੀ ਤਿਆਰੀ ਹੈ ਜੀ ਪਾਤਸ਼ਾਹ ਚੜ੍ਹਦੀ ਕਲਾ ਦੇ ਵਿੱਚ ਇਹ ਆਓ ਆਪਾਂ ਸਿੰਘ ਦਾ ਹੌਸਲਾ ਵਧਾਈ ਕਰੀਏ ਜੀ ਅੱਖਾਂ ਤੇ ਪੱਟੀ ਬੰਨ ਕੇ ਉੱਤੋਂ ਨਮਕ ਪਾ ਕੇ ਕਰਨਾ ਕਰੋ ਸੁੱਖਾ ਨਹੀਂ ਆਓ ਸਾਰੀ ਸਿੰਘ ਦੇ ਕੋਈ ਹੱਥ ਨਾਲ ਹੱਥ ਖੜੇ ਕਰਕੇ ਜਕਾਰੇ ਲਾਵਾਂਗੇ ਜੀ ਕੋਈ ਵੀ ਰਸਨਾ ਬਾਜੀ ਨਾ ਰਵੇ ਸਿੰਘਾਂ ਦਾ ਪਿਆਰ ਹੈ ਜੀ ਆਪ ਹੀ ਜਕਾਰੇ ਛੱਡ ਗਏ ਜੀ ਗੱਡੀ ਕਰਾਂ ਦੇ ਵਿੱਚ ਉੱਥੋਂ ਮਾਇਆ ਦੇ ਗੱਡੇ ਆ ਗਏ ਕਿਉਂਕਿ ਆਪ ਜੀ ਬੜੀਆਂ ਗੁਰੂਆਂ ਦੇ ਬਖਸ਼ਿਸ਼ਾਂ ਕੀਤੀਆਂ ਤੁਹਾਨੂੰ ਵੱਡੀਆਂ ਮਿੱਲਾਂ ਦੇ ਮਾਲਕ ਬਣਾਇਆ ਪ੍ਰੇਮ ਸਤਾਰ ਬੱਚੇ ਹਰਿੰਦਰ ਸਿੰਘ ਜੀ ਖੇਡ ਰਿਹਾ
ਸਾਰੇ ਲਿਖੇ ਆ ਪਤਾ ਆਪਾਂ ਨੂੰ ਆਪਾਂ ਹਰ ਇੱਕ ਜਗ੍ਹਾ ਤੇ ਗੱਤਕਾ ਖੇਡਣਾ ਤੇ ਸਾਨੂੰ ਜਗ੍ਹਾ ਖੁੱਲੀ ਚਾਹੀਦੀ ਆ ਤੇ ਆਪਾਂ ਜੇ ਕਿਤੇ ਪਿੰਡ ਪੁੰਡ ਚ ਹੋਈਏ ਨਾ ਉੱਥੇ ਨਹੀਂ ਪਤਾ ਲੱਗਦਾ ਸ਼ਹਿਰ ਚ ਪਤਾ ਹੋਣਾ ਜੇ ਹਾਂ ਵੀ ਆਪਾਂ ਪਿੰਡਾਂ ਦੇ ਦਿਸਣ ਦੀ ਸੁਣਾਈ ਪਾ ਗਿਆ ਪਰ ਖੇਡ ਚ ਕੋਲ ਆ ਗਏ ਇਸ ਕਰਕੇ ਫਿਰ ਵੀ ਇਹਦੀ ਗੱਲ ਜਗ੍ਹਾ ਆਪਾਂ ਵੱਡੇ ਪਿੰਡ ਖੁੱਲੇ ਰੱਖਾਂ ਦੇ ਵਿੱਚ ਖੜੇ ਹੋਈਏ ਤਾਂ ਜੋ ਆਪ ਨੂੰ ਵਧੀਆ ਪ੍ਰਦਰਸ਼ਨ ਕਰ ਸਕਦੇ ਲਓ ਜੀ ਅੱਜ ਤਾਂ ਚਲੋ ਵਾਹ ਵੀ ਜੋਗੇ ਨਹੀਂ ਸਮਝਦੇ ਨਹੀਂ Oh, oh, oh.
ਨੂੰ ਸੁਣ ਕੇ ਘੋੜਾ ਹਿੰਨ ਕੇ ਬਾਜ ਵੀ ਹੋਇਆ ਉਡਾਰ, ਕਹਿੰਦੇ ਚਾਰ ਜ਼ੁਲਮ ਦੀ ਪੁੱਟਣੀ ਹੀ ਹੋ, ਕਹਿੰਦੇ ਚਾਰ ਜ਼ੁਲਮ ਦੀ ਪੁੱਟਣੀ ਉੱਠੇ ਸੰਗਤ ਜੀ ਬੇਨਤੀ ਹੈ ਮੈਂ ਬੇਨਤੀ ਤੁਹਾਨੂੰ ਇਸ ਕਰਕੇ ਰੁਕਵਾਇਆ ਕਿਉਂਕਿ ਆਪਾਂ ਘੱਟੋ ਘੱਟ 5-6 ਅਖਾੜੇ ਲਾ ਚੁੱਕੇ ਹਾਂ ਅਤੇ ਮੈਂ 5-6 ਅਖਾੜੇ 'ਚ ਆਪ ਜੀ ਬੇਨਤੀ ਕਰਨਾ ਕਿ ਆਪਾਂ ਜਗ੍ਹਾ ਥੋੜ੍ਹੀ ਖੋਲ੍ਹ ਦਈਏ। ਜਦੋਂ ਕੋਈ ਆਪਾਂ ਸਟੰਟ ਕਰਦੇ ਹਾਂ ਤੁਸੀਂ ਦੇਖੋ ਮੈਂ ਇੰਨੀ ਦੇਰ ਜੇ ਦੂਰ ਖੜਾ ਹੁੰਦਾ ਮੇਰੀ ਸੰਗਤ ਸਾਰੀ ਅੱਗੇ ਚੱਲ ਜਾਂਦੀ ਹੈ। ਬੇਨਤੀ ਹੈ ਕਿ ਆਪਾਂ ਸਾਰੇ ਪੜ੍ਹੇ ਲਿਖੇ ਹਾਂ, ਆਪਾਂ ਨੂੰ ਵਾਰ ਵਾਰ ਬੇਨਤੀਆਂ ਨਹੀਂ ਚੰਗੀਆਂ ਲੱਗਦੀਆਂ ਕਰਦੇ ਕਿਉਂਕਿ ਤੁਹਾਨੂੰ ਪਤਾ ਆਪਾਂ ਹਰ ਪੜਾਅ 'ਤੇ ਖੇਡਣਾ, ਹਰ ਪੜਾਅ 'ਤੇ ਸਾਨੂੰ ਇੰਨੀ ਹੋਈ ਜਗ੍ਹਾ ਚਾਹੀਦੀ ਅਤੇ ਆਪ ਹੀ ਆਪਾਂ ਪਹਿਲਾਂ ਹੀ ਪ੍ਰਦਰਸ਼ਨ ਬੜੀ ਚੜ੍ਹਦੀ ਕਲਾ ਵਿੱਚ ਕਰਕੇ ਦਿਖਾਏ ਜਾ ਰਹੇ ਹਨ, ਪੰਜਾਬ ਤੋਂ ਆਏ ਇਸੇ ਕਰਕੇ ਹੈ ਜੀ। ਪਰ ਜੇ ਆਪਾਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਜਾਵਾਂਗੇ ਵੀ ਹਾਂ ਜੀ ਬਾਈ, ਹਾਂ ਹਾਂ ਘੁਮਾ ਦੇ ਬਾਈ, ਕਿਆ ਬਾਤ ਹੈ, ਕਿਉਂਕਿ ਫਿਰ ਵਾਰ ਵਾਰ ਬੇਨਤੀਆਂ ਨਹੀਂ ਕਰਨੀਆਂ ਚੰਗੀਆਂ ਲੱਗਦੀਆਂ ਜੀ, ਵਾਰ ਵਾਰ ਹੈ ਅਸੀਂ ਕਹੀ ਜੀ ਪਿੱਛੇ ਹੋ ਜਾਓ, ਠੀਕ ਹੈ ਜੀ। ਇਸ ਕਰਕੇ ਬਹੁਤ ਬਹੁਤ ਸਾਰੇ ਨੌਜਵਾਨਾਂ ਵੀਰਾਂ ਦਾ ਬੜਾ ਉਤਸ਼ਾਹ ਹੈ ਤੁਹਾਡੇ ਵਿੱਚ ਜੋ ਤੁਸੀਂ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਲੈ ਰਹੇ ਹੋ, ਨੌਜਵਾਨ ਵੀਰਾਂ ਦਾ ਬੜਾ ਧੰਨਵਾਦ ਹੈ, ਬੜਾ ਸ਼ੌਂਕ ਹੈ ਸਾਰੀ ਪ੍ਰਬੰਧਕ ਕਮੇਟੀ ਨੂੰ ਜਿੰਨੇ ਵੀ ਬੁਕਵੀ ਨਾਲ ਨੌਜਵਾਨ ਵੀ ਹੈ ਜਿੰਨੇ ਵੀ ਵੀਰ ਸਾਡੇ ਨਾਲ ਪੜ੍ਹ ਰਹੇ ਆ ਸਾਰਿਆਂ ਨੂੰ ਬਹੁਤ ਆਨੰਦ ਆ ਰਿਹਾ ਅਤੇ ਆਪਾਂ ਸਾਰਿਆਂ ਨੇ ਇਸੇ ਤਰ੍ਹਾਂ ਆਨੰਦ ਲੈਂਦੇ ਜਾਣਾ ਅਤੇ ਆਪਾਂ ਵੇਖੋ ਹੁਣ ਇੱਟਾਂ ਦਾ ਪ੍ਰਦਰਸ਼ਨ ਕਰਿਆ ਜਾਣਾ ਜੀ, ਨੀਚੇ ਤਿੱਖੀਆਂ ਜਿਹੜੀਆਂ ਕਿੱਲਾਂ ਦੇ ਉੱਤੇ ਸਿੰਘ ਪਿਆ ਹੋਇਆ ਅਤੇ ਲੋਹੇ ਦੇ ਥੋੜੇ ਨਾਲ ਭਾਈ ਪਰਮਿੰਦਰ ਸਿੰਘ ਜੀ ਆਪ ਜੀ ਨੂੰ ਇਸ ਸਟੰਟ ਦਾ ਨਿਹਾਲ ਕਰਨਗੇ। ਆਓ ਇੱਕ ਵਾਰੀ ਫਿਰ ਨਿਰਵੈਰ ਖਾਲਸਾ ਦੀ ਚੜ੍ਹਦੀ ਕਲਾ ਲਈ ਆਪਾਂ ਜਕਾਰੇ ਨਾਲ ਜੁੜੀਏ ਜੀ, ਕੋਈ ਵੀ ਰਸਮ ਮਾਂਝੀ ਨਾ ਰਵੇ, ਸਾਰਿਆਂ ਨੇ ਜਵਾਬ ਦੇਣਾ ਜਕਾਰੇ ਦਾ ਜੀ, ਅਤੇ ਕੋਈ ਵੀ ਰਸਮ ਮਾਂਝੀ ਨਾ ਰਵੇ। ਹੁਣ ਬਣੀ ਹੈ ਨਾ ਗੱਲ ਥੋੜ੍ਹੀ ਜੀ, ਕਿਉਂਕਿ ਜਦੋਂ ਤੱਕ ਸੰਗਤ ਦਾ ਧਿਆਨ ਸਾਡੇ ਵੱਲ ਨਾ ਹੋਵੇ ਸਾਡਾ ਖੇਡਿਆ ਵੀ ਪਤਾ ਨਹੀਂ ਲੱਗਦਾ। ਲਓ ਜੀ ਚਲਾ ਦੇ ਵੀਰ ਮਿਊਜ਼ਿਕ ਚਲਾ ਦੇ ਵੀਰੇ, ਮਿਊਜ਼ਿਕ ਚਲਾ ਦੇ ਜੀ, ਹਰ ਇੱਕ ਚੌਕ ਤੇ ਖੜੇ Yeah.
ਸਾਡੇ ਮੇਰੇ ਮੱਥੇ ਸੱਚ ਕੇ ਮੇਰੇ ਤੋਂ ਸਾਰੀ ਉਤੋਰੀ ਕੁੜੀ ਹੈ ਦਲੀਪ ਸਿੰਘ।
देख जरा लाइव देख लाइव ठीक है एक फोटो ਨਾ ਬਾਤ ਨਾ ਛੋੜਾਏ ਅਸੇ ਇੱਕ ਵੀਰਾ
ਇਸੇ ਹਿੰਦੇ ਦੀ ਸ਼ਾਨ ਲਈ ਸਭ ਕੁਛ ਹੀ ਲੁਟਾਇਆ, ਇਸੇ ਹਿੰਦੇ ਦੀ ਸ਼ਾਨ ਲਈ ਸਭ ਕੁਛ ਹੀ ਲੁਟਾਇਆ, ਇਸੇ ਹਿੰਦੂ ਦੀ ਸ਼ਾਨ ਲਈ ਆਹ
ਕਿਹੜਾ ਪਾ ਕੇ ਘਰ ਹੈ
ਨਹੀਂ 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 ਨਹੀ
ਕਿੰਨਾ ਬੁਰਾ ਸੀ ਕਿ ਕਿਆ ਬਾਤ ਹੈ ਕਿਆ ਬਾਤ ਖਿੱਚ ਕੇ ਖਿੱਚ ਕੇ 10 ਮਿੰਟ ਹੋਰ ਜਾ ਰਹੇ ਆ ਜੀ ਨਾਰੀਆਂ ਲਿਆਓ ਥੋੜੇ ਜਿਹੇ ਜਦੋਂ ਬੋਲਣ ਲੱਗ ਗਈ ਨਾ ਆਵਾਜ਼ ਸਾਊਂਡ ਬੰਦ ਕਰ ਰਿਹਾ ਕਰੋ ਸਰ ਸਾਹਿਬ ਜੀ ਉਹ ਕੌਣ ਗਦਕੇ ਦੀ ਪ੍ਰਦਰਸ਼ਨੀ ਆਪ ਜੀ ਨੂੰ ਪਸੰਦ ਆਈ ਹੱਥ ਖੜੇ ਕਰਕੇ ਜਵਾਬ ਦਿਓ ਕਿੱਥੇ ਆ ਸ਼ਾਬਾਸ਼ ਕੀ ਬਾਤ ਆ ਪਹਿਲੇ ਮੈਨੂੰ ਪਤਾ ਲੱਗ ਗਿਆ ਪ੍ਰਦਰਸ਼ਨ ਇੱਕ ਹੋਰ ਦੇਖੋ ਜੀ ਤੇ ਇਸੇ ਤਰ੍ਹਾਂ ਬਰਾਦਰ ਬਰਾ ਆਪ ਜੀ ਦਾ ਸਾਥ ਪਾਉਂਦੇ ਰਹਾਂਗੇ ਜੀ ਸੌਂ ਚਲਾ ਦੇ ਵੀਰੇ ਚਲਾ ਦੇ ਉਸਤਾਦ ਇੱਕ ਪਾਸੇ
ਮੌਤ ਨਾਲ ਖੇਡਾਂ ਕਰਕੇ ਦਿਖਾ ਰਿਹਾ ਤੁਹਾਨੂੰ ਦਰਬਾਰ ਖਾਲਸਾ ਗੱਤਕਾ ਗਰੁੱਪ ਜੋ ਚੜ੍ਹਦੀ ਕਲਾ ਦੇ ਇੱਕ ਤਾਂ ਜਿਹਨਾਂ ਨੂੰ ਕਰਦੇ ਤਾਂ ਸਾਡੀ ਸਾਰਾ ਸਫਲ ਹੋ ਗਿਆ ਸਾਰਾ ਸਾਲ ਦੀ ਮਿਹਨਤ ਉਸਤਾਦਾਂ ਦਾ ਪਿਆਰ ਆ ਆਪ ਸਭ ਸੰਗਤੀ ਅਰਦਾਸਾਂ ਹਨ ਕਿ ਆਪ ਜੀ ਇੰਨਾ ਮਾਣ ਸਤਿਕਾਰ ਸਾਡੀ ਸੋਸ਼ਲ ਮੀਡੀਆ 'ਤੇ ਦੱਸਦੇ ਹੋ ਸਾਡੀ ਹਰੇਕ ਨੂੰ ਵੱਧ ਵੱਧ ਪਿਆਰ ਦੇ ਮੇਰੇ ਸ਼ੇਅਰ ਕਰਦੇ ਹੋ ਪ੍ਰਦਰਸ਼ਨ ਕਰ ਰਹੇ ਹਾਂ ਜਿਵੇਂ ਤੁਰਦਿਆਂ ਤੁਰਦਿਆਂ ਫਿਰ ਟਾਈਮ ਉਹਨਾਂ ਕੁ ਹੁੰਦਾ ਪ੍ਰਬੰਧਕ ਜਿਹਨਾਂ ਨੇ ਆਪਣਾ ਜਿਹੜਾ ਪ੍ਰੋਗਰਾਮ ਬਣਾਇਆ ਹੁੰਦਾ ਉਸ ਤਾਂ ਬੜਾ ਕਰਨਾ ਪੈਂਦਾ ਸਾਰਾ ਤੇ ਜਿਹੜਾ ਅਸੀਂ ਆਨਲਾਈਨ ਪਾਇਆ ਹੁੰਦਾ ਉਹ ਆਪਣੀ ਜਿੰਨਾ ਮਰਜ਼ੀ ਸਾਰੀ ਘੜੀ ਇੱਕ ਵੀਡੀਓ ਬਾਰ ਬਾਰ ਦੇਖੀ ਜਾਓ ਇਸ ਕਰਕੇ ਵੱਧ ਤੋਂ ਵੱਧ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਚੈਨਲ ਨੂੰ ਜੁੜਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ
ਤਾਰ ਦੇਣਾ ਮੈਂ। ਬਸ ਬਸ ਤਾਰ ਦੋ ਇੱਥੇ ਜਰਾ ਹੈ ਲਫੜੇ ਪੜਨੇ ਚਾਰ ਹੀ ਹੈ ਅਭੀ ਗਿਆਰਾਂ ਤੇ ਥੋੜੀ ਦੇਰ ਪਹਿਲੇ ਆਪਣਾ ਮੇਨ ਗੁਰਦੁਆਰੇ ਮੈਂ ਜੇ ਬੈਠੇ ਹਨ ਕੋ ਚਲਾਉਣਾ ਹੈ ਉਹ ਦੇਖ ਰਹੇ ਹੈ ਗੁਰਦੁਆਰੇ ਨੇ ਵਾਹਿਗੁਰੂ 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 ਟੈਚੀ ਕਿੰਨੀ ਯਾਰ।